ਸੜਕ ਹਾਦਸੇ ਵਿੱਚ ਮਾਸੂਮ ਬੱਚੀ ਸਮੇਤ ਪਰਿਵਾਰ ਦੇ ਤਿੰਨ ਜੀਆਂ ਦੀ ਹੋਈ ਮੌਤ। 3 ਮਹੀਨੇ ਪਹਿਲਾਂ ਨੌਜਵਾਨ ਦੀ ਹੋਈ ਸੀ ਮੰਗਣੀ। ਅਜਨਾਲਾ ਨੇੜੇ ਭਿਆਨਕ ਸੜਕ ਹਾਦਸੇ ਵਿੱਚ ਨੌਜਵਾਨ, ਉਸਦੀ ਮਾਤਾ ਅਤੇ 3 ਸਾਲਾ ਭਤੀਜੀ ਦੀ ਦਰਦਨਾਕ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਅਜਨਾਲਾ ਨੇੜੇ ਪਿੰਡ ਪੁੰਗਾ ਵਿੱਚ ਸਕੂਲ ਵੈਨ ਵੱਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਮੋਟਰਸਾਈਕਲ ਉੱਤੇ ਸਵਾਰ ਨੌਜਵਾਨ, ਉਸਦੀ ਮਾਂ ਅਤੇ 3 ਸਾਲਾ ਭਤੀਜੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਮਹਿਲਾ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ, ਜਿਸ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੌਕੇ 'ਤੇ ਪੁਲਿਸ ਵੱਲੋਂ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਯੂਸਫ ਆ ਦੇ ਪੂੰਗਿਆਂ ਮਤਲਬ ਮੇਰੇ ਸਹੁਰੇ ਪੂੰਗਿਆਂ ਦੇ ਲਾਗੇ, ਅਤੇ ਇਹਨਾਂ ਸਾਵਾਂ ਲੈ ਕੇ ਚੱਲੇ ਸੀ ਮੇਰਾ ਅੱਜ, ਅਤੇ ਇੱਕ ਤਾਏ ਦਾ ਬੇਟਾ ਸੀ ਨਾਲ, ਤਾਈ ਸੀ, ਅਤੇ ਇੱਕ ਉਹਨਾਂ ਦੀ ਪੋਤਰੀ ਸੀ, ਅਤੇ ਇੱਕ ਸਗੀ ਭਾਬੀ ਸੀ ਮੇਰੀ ਨਾਲ, ਅਤੇ ਇੱਕ ਮੋਟਰਸਾਈਕਲ 'ਤੇ ਸੀ, ਅਤੇ ਹੋਰ ਪਰਿਵਾਰ ਦੇ ਮੈਂਬਰ ਅਲੱਗ ਐਕਟਿਵਾ 'ਤੇ ਸੀ। ਉਹ ਮਤਲਬ ਉਹ ਅਲੱਗ ਹੀ ਐਕਸੀਡੈਂਟ ਇਹਨਾਂ ਦਾ ਹੋਇਆ, ਇਹਨਾਂ ਦੇ ਵਿੱਚ ਬੱਸ ਵੱਜੀ ਆਣ ਕੇ, ਅਤੇ ਤਾਏ ਦੇ ਮੁੰਡੇ ਦੀ ਵੀ ਡੈਥ ਹੋ ਗਈ ਆ, ਤਾਈ ਦੀ ਵੀ ਡੈਥ ਹੋ ਗਈ, ਅਤੇ ਪੋਤਰੀ ਦੀ ਵੀ ਡੈਥ ਹੋ ਗਈ ਉਹਨਾਂ ਦੀ, ਮਤਲਬ ਉਹ ਸਾਰਾ ਪਰਿਵਾਰ ਖਤਮ ਆ, ਅਤੇ ਭਾਬੀ ਉਹਨਾਂ ਦੇ ਨਾਲ ਬੈਠੇ, ਅਤੇ ਭਾਬੀ ਗੰਭੀਰ ਰੂਪ ਜ਼ਖਮੀ ਅਜੇ, ਰਿਸ਼ਤਾ ਇਹਨੂੰ ਅਜੇ ਮਹੀਨਾ ਕੀ ਹੋਇਆ, ਅਜੇ ਪਹਿਲਾ ਸਾਵਾਂ ਲੈ ਕੇ ਚੱਲੇ ਅਜੇ, ਅਤੇ ਪਹਿਲਾ ਸਾਵਾਂ ਲੈ ਕੇ ਚੱਲੇ, ਅਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਜੇ ਡਰਾਈਵਰ 'ਤੇ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇ, ਤਾਂ ਸਾਨੂੰ ਇਨਸਾਫ ਮਿਲੇ, ਸਾਡੇ 3 ਮੌਤਾਂ ਹੋਈਆਂ, 1 ਜ਼ਖਮੀ ਆ। ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ। ਬੱਸ ਵਿੱਚ ਉਸ ਸਮੇਂ ਸਕੂਲ ਦੇ ਵਿਦਿਆਰਥੀ ਸੀ ਕਿ ਖਾਲੀ ਬੱਸ ਸੀ? ਬੱਸ ਵਿੱਚ ਸਕੂਲ ਦੇ ਵਿਦਿਆਰਥੀ ਸੀ, ਬਸ ਸਕੂਲ ਨੂੰ ਜਾਣ ਡੀ ਸੀ ਬੱਸ। ਹਾਂਜੀ, ਕੀ ਨਾਮ ਹੈ ਤੇਰਾ, ਕੀ ਲੱਗਦੇ ਸੀ ਤੇਰੀ, ਕੀ ਗੱਲਬਾਤ ਹੋਈ ਸਾਰੀ? ਮੇਰੇ ਤਾਏ ਦਾ ਮੁੰਡਾ ਤੇ ਤਾਈ ਆਈ, ਤੇ ਜਾਣੇ ਭਰਾ ਦੇ, ਤੇ ਉਹ ਸਾਵਾਂ ਲੈ ਕੇ ਜਾਣ ਡਿਆ ਭਰਾ ਦੇ ਥੋੜ੍ਹੇ, ਅਤੇ ਮੈਂ ਗਾੜੀ ਐਕਟਿਵਾ ਜਾਣ ਡਿਆ, ਅਰੇ ਪੁੰਗਿਆ ਲੱਗੇ ਜਾ ਕੇ ਐਕਟਿਵਾ ਖਿਲਾੜੀ ਮੈਂ, ਅਤੇ ਮੈਂ ਡੀਕਣ ਡਿਆ, ਮੈਂ ਕਿਹਾ ਭਰਾ ਹੋਣੀ ਮੇਰੇ ਮਗਰ ਆਉਣਗੇ, ਅਰ ਮੈਂ ਡੀ ਵਾਲੇ ਆਏ ਨਹੀਂ, ਅਤੇ ਮੁੰਡੇ ਡੇ ਕਹਿਣ ਆ ਕੇ ਕਹਿੰਦੇ ਮਗਰ ਐਕਸੀਡੈਂਟ ਹੋਇਆ ਵਾ, ਅਰੇ ਮਗਰ ਜਾ ਕੇ ਵੇਖਿਆ ਤਾਂ ਐਸ ਸਾਰੇ ਅਸੀਂ ਨਾ ਬਾਬਾ ਸਲਾਮ ਮਾਰ ਕੇ ਭੱਜ ਗਿਆ। ਅੱਛਾ, ਅਰ ਬਾਈ ਕੋਈ ਫੜਦਾ ਨਹੀਂ, ਅਰ ਬਾਸ ਦਾ ਬੱਸ ਲਾ ਕੇ ਭੱਜ ਗਿਆ, ਫਿਰ ਬੱਸ 'ਚ ਮੈਂ ਲੱਦੇ ਘਰਦੇ ਆਪਣੇ, ਅਰੇ ਬੱਸ ਅੱਛਾ ਬਾਈ ਬੱਸ ਵਾਲੀ ਬਾਈ ਇੱਕ ਵੀਰ ਦੇ ਮੈਂ ਤਰਲੇ ਮਾਰ ਕੇ ਉਹਨੂੰ ਕਿਹਾ ਬਾਬਾ ਬੱਸ 'ਚ ਛੱਡ ਗਿਆ। ਮੇਰੀ ਵੱਡੀ ਮੰਮੀ ਦੀ ਅਤੇ ਤਾਏ ਦੇ ਮੁੰਡੇ ਦੀ, ਤਾਏ ਦੇ ਦੀ ਪੋਤਰੀ ਦੀ, ਟੋਟਲ ਕਿੰਨੇ ਜਾਣੇ ਸੀ? ਟੋਟਲ ਹੈਗੇ ਅਤੇ ਦੋ, ਇੱਕ ਮੁੰਡਾ ਕੁੜੀ ਨਿੱਕਾ, ਆਹਦੇ ਇੱਕ ਤਾਏ ਦਾ ਮੁੰਡਾ ਸੀ, ਅੱਛਾ ਇੱਕ ਤਾਈ ਸੀ ਮੇਰੀ, ਅੱਛਾ ਚਾਰ ਜਾਣੇ, ਚਾਰ ਇੱਕ ਭਾਬੀ ਸੀ ਮੇਰੀ, ਚਾਰ ਹੀ ਚਾਰੇ, ਤਿੰਨਾਂ ਦੀ ਮੌਤ ਹੋ ਗਈ? ਹਾਂਜੀ ਨਹੀਂ, ਅਤੇ ਇੱਕ ਭਾਬਾ ਵੀ ਹੈਗੇ। ਅੱਛਾ, 3 ਜਣਿਆਂ ਦੀ ਮੌਤ, ਇੱਕ ਬੱਚਾ ਪਾ ਗਿਆ। ਹਾਂਜੀ, ਕੀ ਮੰਗ ਕਰਦੇ ਹੋ? ਮੰਗ ਇਨਸਾਫ ਚਾਹੀਦਾ। ਗੱਡੀ ਵਾਲਾ ਮੌਕੇ 'ਤੇ ਭੱਜ ਗਿਆ? ਹਾਂਜੀ, ਮੌਕੇ 'ਤੇ ਲੱਭਿਆ, ਨਹੀਂ ਲੱਭਿਆ। ਅੱਛਾ, ਅਤੇ ਗੱਡੀ ਕੀ ਨਹੀਂ ਪਤਾ ਲੱਗਿਆ ਕੁਛ? ਨਹੀਂ ਹੈ ਜੀ। ਹਾਂਜੀ, ਉਸਦਾ ਨੰਬਰ ਲਿਖਿਆ ਸਕੂਲ ਵਾਲਿਆਂ ਦੀ ਆ। ਕੀ ਮਾਮਲਾ ਐਕਸੀਡੈਂਟ ਦਾ? ਮਾਮਲਾ ਇਹ ਆ ਵੀ ਅੱਜ ਨਾ ਇੱਕ ਸਕੂਲ ਬੱਸ ਆ, ਸ਼੍ਰੀ ਗੁਰੂ ਅੰਗਦ ਦੇਵ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਕਰੌਲ, ਅਤੇ ਉਹ ਜਿਹੜੀ ਬੱਸ ਆ ਉਹ ਉੱਧਰੋਂ ਆ ਰਹੀ ਸੀ ਵਾਪਸ ਇੱਧਰ ਨੂੰ ਸ਼ਹਿਰ ਵੱਲ ਨੂੰ, ਅਤੇ ਇੱਧਰ ਨੂੰ ਇੱਕ ਮੋਟਰਸਾਈਕਲ ਹੈਗਾ ਵਾ PB 46AD 6970 ਸਪਲੈਂਡਰ ਆ, ਉਹਦੇ ਉੱਤੇ ਨਾ ਇੱਕ ਘਰ ਦੇ ਮਤਲਬ ਇੱਕ ਜੈਂਟਸ ਅਤੇ 2 ਲੇਡੀਜ਼, ਇੱਕ ਛੋਟਾ ਬੱਚਾ 3-4 ਸਾਲ ਦਾ ਉਹਨਾਂ ਦੇ ਨਾਲ ਸੀਗਾ, ਇਹ ਬੱਸ ਨੇ ਉਹਨੂੰ ਹਿੱਟ ਕੀਤਾ ਵਾ। ਬੱਸ 'ਤੇ ਹਿੱਟ ਕਰਨ ਨਾਲ ਨਾ ਹੁਣ ਤੱਕ ਇੱਕ ਲੇਡੀਜ਼ ਅਤੇ ਇੱਕ ਬੱਚਾ ਅਤੇ ਇੱਕ ਉਹ ਜਿਹੜੇ ਜੈਂਟਸ ਆ ਉਹਨਾਂ ਦੇ ਨਾਲ ਚਲਾਉਂਦੇ ਸੀ ਡਰਾਈਵਿੰਗ ਕਰਦੇ ਮੋਟਰਸਾਈਕਲ, ਦੀ ਡੈਥ ਹੋ ਚੁੱਕੀ ਆ। ਜਿਹੜੀ ਦੂਜੀ ਚਲਾਉਂਦੀ ਉਹਦੀ ਵੀ ਹਾਲਤ ਜਿਹੜੀ ਬੜੀ ਸੀਰੀਅਸ ਆ, ਸੀਰੀਅਸ ਕੰਡੀਸ਼ਨ ਵਿੱਚ ਆ, ਉਹ ਇਲਾਜ ਚੱਲ ਰਿਹਾ ਵਾ। ਇਹ ਜਿਹੜੇ ਬੱਸ ਆ ਉਹ ਜਿਹੜਾ ਉਸੇ ਬੱਸ ਵਾਲਾ ਡਰਾਈਵਰ ਆ ਨਾ, ਉਹੀ ਇਹਨੂੰ ਮਤਲਬ ਡਰਾਈਵਰ 'ਤੇ ਜਦੋਂ ਸ਼ਾਇਦ ਉਹਦੇ ਭਰੇ ਹੋਏਗਾ, ਲੋਕ ਉਸੇ ਬੱਸ ਵਿੱਚ ਹੀ ਲੋਡ ਕਰਕੇ ਇਹਨਾਂ ਨੂੰ ਬਚਾਅ ਵਾਸਤੇ ਇੱਥੇ ਸਿਵਲ ਹਸਪਤਾਲ ਲੈ ਕੇ ਆਏ ਆ।
ਹੁਣ ਉਹਨਾਂ ਦਾ ਜਿਹੜਾ ਕਾਨੂੰਨੀ ਕਾਰਵਾਈ ਆ ਚੱਲ ਰਹੀ ਆ, ਇਸ ਸੰਬੰਧ ਵਿੱਚ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਕਰਕੇ ਸਖ਼ਤ ਕਾਰਵਾਈ ਕੀਤੀ ਕਰਕੇ ਜੀ ਡਰਾਈਵਰ ਨੂੰ ਸਜ਼ਾ ਦਵਾਈ ਆ। ਉਸੇ ਵਿੱਚ ਆਏ ਕੁਝ ਲੋਕਾਂ ਨੇ ਕੁਝ ਵੀ ਗੁੱਸੇ ਹੋਏ ਲੋਕਾਂ ਨੇ ਨਾ, ਮਤਲਬ ਵੀ ਜਿਸ ਤਰ੍ਹਾਂ ਸਿਵਲ ਹਸਪਤਾਲ ਵਿੱਚ ਉਹੀ ਬੱਸ ਜਿਹੜੀ ਆਈ ਆ ਨਾ ਉਹਨੂੰ ਇੱਟਾਂ ਰੋੜੇ ਮਾਰੇ ਆ। ਚਲੋ ਉਹਨਾਂ ਨੂੰ ਪਬਲਿਕ ਨੇ ਜਾਂ ਪ੍ਰੈਸ ਵਾਲੇ ਮੇਰੇ ਵੀਰਾਂ ਨੇ ਬੜਾ ਸਮਝਾਇਆ ਵਾ, ਉਹਨਾਂ ਪ੍ਰੈਸ ਵਾਲੇ ਵੀਰਾਂ ਨੇ ਸਮਝਾ ਕੇ ਹੋਰ ਲੋਕਾਂ ਨੇ ਕੰਟਰੋਲ ਕਰਕੇ ਨਾ ਉਹਨਾਂ ਨੂੰ ਸਮਝਾ ਕੇ ਅਤੇ ਭੇਜ ਦਿੱਤਾ ਵਾ। ਚਲੋ ਹੁਣ ਇਹ ਅਤੇ ਇੱਕ ਜਿਹੜਾ ਕਰਮਚਾਰੀ ਸੀ ਚਲੋ ਬੱਸ ਨੂੰ ਪਿੱਛੇ ਕਰਕੇ ਅਸੀਂ ਥਾਣੇ ਖਾਂਡੀ ਚਾਹੁੰਦੇ ਸੀ, ਚਲੋ ਭੀੜ ਦੇ ਵਿੱਚ ਉਹਨੂੰ ਨਹੀਂ ਉਹਨਾਂ ਖੰਡ ਦਿੱਤੀ, ਚਲੋ ਕੋਈ ਗੱਲ ਨਹੀਂ। ਬਾਕੀ ਇਹਦੇ ਵਿੱਚ ਸਾਰਾ ਮਾਮਲਾ ਜਿਹੜਾ ਵਾ ਕਾਰਵਾਈ ਜਿਹੜੀ ਆ ਲਗਾਤਾਰ ਜਾਰੀ ਆ, ਸਾਰੀ ਫੋਰਸ ਇੱਥੇ ਆਈ ਹੋਈ ਆ, ਜਲਦੀ ਤੋਂ ਜਲਦੀ ਇਹਨਾਂ ਦਾ ਪੋਸਟਮਾਰਟਮ ਕਰਾ ਕੇ ਸਕੂਲ ਪ੍ਰਬੰਧਕਾਂ ਦੇ ਵਿੱਚ ਵੀ ਇਹ ਵੇਖਿਆ ਜਾਊਗਾ ਵੀ ਇਹ ਡਰਾਈਵਰ ਜਿਹੜਾ ਵਾ ਕਿੰਨੀ ਇਹਦੀ ਉਮਰ ਆ, ਕੀ ਇਹਦਾ ਲਾਈਸੈਂਸ ਆ, ਕਿਉਂ ਇਹ ਹੋਇਆ ਵਾ। ਇਸ ਸੰਬੰਧ ਵਿੱਚ ਜੋ ਇਹ ਸਕੂਲ ਵਾਲਿਆਂ 'ਤੇ ਵੀ ਜੇ ਕੋਈ ਕਾਰਵਾਈ ਬਣਦੀ ਹੋਊ ਉਹਦੀ ਵੀ ਉਹਨਾਂ ਦਾ ਵੀ ਇਸ ਵਿੱਚ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਜੇਕਰ ਉਹਦੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਜੇ ਉਹ ਫਾਰਮੈਲਿਟੀਜ਼ ਨਾ ਪੂਰੀਆਂ ਕਰਦੇ ਹੋਏ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਊਗੀ।